ਤਰ੍ਹਾਂ ਤਾਂ ਬਦਲ ਗਈਆਂ ਪਰ ਵਿਭਾਗਾਂ ਦੇ ਕੰਮ ਹੋਈ ਰਿਹਾ। ਜ਼ਿਲ੍ਹਾ ਗੁਰਦਾਸਪੁਰ ਦੀ ਸ਼ੂਗਰ ਮਿਲ ਪਨਿਆੜ ਵਿੱਚ ਪਿੱਲੀਆਂ ਇੱਟਾਂ ਨਾਲ ਹੋ ਰਿਹਾ ਹੈ ਵਿਕਾਸ। ਇਹ ਵਿਕਾਸ GM ਸਾਹਿਬ ਦੇ ਨੱਕ ਦੇ ਥੱਲੇ ਹੋ ਰਿਹਾ ਹੈ, ਪਰ ਉਹਨਾਂ ਕੋਲ ਨਹੀਂ ਹੈ ਸਮਾਂ ਇਸ ਸੰਬੰਧੀ ਕਿਸੇ ਨਾਲ ਵੀ ਗੱਲ ਕਰਨ ਦਾ। ਪਰ ਦੂਜੇ ਪਾਸੇ ਲੋਕਾਂ ਦੀ ਸੁਣੀਏ ਤਾਂ ਉਹ ਕਹਿੰਦੇ ਹਨ ਕਿ ਰੋਜ਼ ਦੇ ਹਾਲਾਤ ਹਨ ਅਤੇ ਆਏ ਦਿਨ ਕੋਈ ਨਾ ਕੋਈ ਇੱਥੋਂ ਦੀ ਖਬਰ ਸਾਹਮਣੇ ਆਉਂਦੀ ਹੈ। ਪਿਛਲੇ ਦਿਨੀ ਵੀ ਇੱਥੇ ਪਿੱਲੀਆਂ ਇੱਟਾਂ ਦੇ ਨਾਲ ਵਿਕਾਸ ਹੋ ਰਿਹਾ ਸੀ ਅਤੇ ਲੋਕਾਂ ਦੇ ਰੌਲਾ ਪਾਉਣ ਨਾਲ ਉਹ ਇੱਟਾਂ ਵਾਪਸ ਕਰ ਦਿੱਤੀਆਂ ਗਈਆਂ। ਪਰ ਅੱਜ ਤੇ ਹਾਦੀ ਹੋ ਗਈ, ਜਦ ਕਿਸਾਨ ਜਥੇਬੰਦੀ ਗਈ ਤਾਂ ਇੱਟਾਂ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਲਾਉਣ 'ਤੇ ਹੀ ਟੁੱਟ ਜਾਂਦੀਆਂ ਹਨ। ਪਰ ਦੂਜੇ ਪਾਸੇ GM ਸਾਹਿਬ ਕੋਲ ਸਮਾਂ ਨਹੀਂ ਹਨ ਇੱਥੇ ਆਣ ਕੇ ਦੇਖਣ ਦਾ। ਕਿਉਂ? ਕਿਉਂਕਿ ਕਿਤੇ ਨਾ ਕਿਤੇ ਰਲੀ ਭੁਗਤ ਹੈ। ਸਰਕਾਰਾਂ ਦੇ ਦਾਅਵੇ ਵੀ ਹੋਏ ਖੋਖਲੇ, ਕਿਉਂਕਿ ਕਿਸਾਨ ਜਥੇਬੰਦੀਆਂ ਕਹਿੰਦੀਆਂ ਹਨ ਕਿ ਮਾਨ ਸਰਕਾਰ ਤਾਂ ਇਹ ਕਹਿੰਦੀ ਸੀ ਕਿ ਲੋਕਾਂ ਦਾ ਪੈਸਾ ਖਰਾਬ ਨਹੀਂ ਹੋਣ ਦਿੱਤਾ ਜਾਏਗਾ। ਪਰ ਇਹ ਪੈਸਾ ਕਿੱਥੇ ਜਾ ਰਿਹਾ ਹੈ? ਕਿਸ ਦਾ ਆਸ਼ੀਰਵਾਦ ਹੈ? ਕਿ ਇਹ ਕੋਈ ਹਿੱਸਾ ਵੀ ਕਿਤੇ ਜਾ ਰਿਹਾ ਹੈ? ਕਿਉਂ? ਕਿਉਂਕਿ ਆਮ ਤੌਰ 'ਤੇ ਇਹੋ ਸੁਣਿਆ ਜਾਂਦਾ ਹੁੰਦਾ ਸੀ ਕਿ ਸਰਕਾਰਾਂ ਨੂੰ ਹਿੱਸੇ ਜਾਂਦੇ ਹਨ ਅਤੇ ਤਾਂ ਪੁੱਠੇ ਕੰਮ ਹੁੰਦੇ ਹਨ। ਹੁਣ ਤਾਂ ਸਰਕਾਰਾਂ ਬਦਲ ਗਈਆਂ, ਕੀ ਹੁਣ ਵੀ ਕੋਈ ਹਿੱਸਾ ਜਾ ਰਿਹਾ ਕਿ GM ਸਾਹਿਬ ਦੀ ਆਪਣੇ ਲੈਵਲ 'ਤੇ ਹੀ ਇਹ ਸਾਰਾ ਕੁਝ ਕਰਾ ਰਹੇ ਹਨ? ਦੂਜੇ ਪਾਸੇ GM ਸਾਹਿਬ ਨੇ ਵੀ ਕਹਿਣਾ ਕਿ ਇੱਥੇ ਇੱਕ ਕਮੇਟੀ ਗਠਨ ਕੀਤੀ ਗਈ ਹੈ ਜਿਹਦੀ ਰਿਸਪੋਂਸੀਬਿਲਟੀ ਬਣਦੀ ਹੈ। ਪਰ ਜਦ ਉਹਨਾਂ ਨੂੰ ਵੀ ਜਾਣੂ ਕਰਾਉਣਾ ਚਾਹਿਆ ਤਾਂ ਉਹਨਾਂ ਕੋਲ ਵੀ ਸਮਾਂ ਨਹੀਂ ਸੀ ਇਹਨਾਂ ਗੱਲਾਂ ਸੁਣਨ ਦਾ। ਕਿਉਂ? ਕਿਉਂਕਿ ਅਫਸਰ ਨੇ, ਅਫਸਰਸ਼ਾਹੀ ਜਿਹੜੀ ਉਹਨਾਂ ਦੇ ਵਿੱਚ ਸਿਰ ਚੜ ਕੇ ਬੋਲ ਰਹੀ ਹੈ। ਆਮ ਤੌਰ 'ਤੇ ਅਫਸਰਾਂ ਨੂੰ ਪਬਲਿਕ ਸਰਵੈਂਟ ਕਿਹਾ ਜਾਂਦਾ ਹੈ, ਪਰ ਉਹ ਸਿਰਫ ਕਹਿਣ ਤੱਕ ਸੀਮਤ ਹੈ, ਕਿਉਂਕਿ ਉਹਨਾਂ ਦੀ ਜਿਹੜੀ ਕੁਰਸੀ ਹੈ ਉਹ ਅੱਜ ਵੀ ਕਿਤੇ ਨਾ ਕਿਤੇ ਰਾਜਭਾਗ ਹੈ। ਦੂਜੇ ਪਾਸੇ ਦੇਖਣਾ ਹੋਏਗਾ ਕਿ ਸਰਕਾਰ ਇਹਨਾਂ ਸੰਬੰਧੀ ਕੀ ਕਾਰਵਾਈ ਕਰਦੀ ਹੈ। ਦੇਖਦੇ ਰਹੋ ਮਸਕਾ ਚਸਕਾ ਟਾਈਮ ਗੁਰਦਾਸਪੁਰ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਕਰਨਜੀਤ ਸਿੰਘ, ਡਿਸਟ੍ਰਿਕਟ ਜਨਰਲ ਸੈਕਟਰੀ ਗੁਰਨਾਮ ਸਿੰਘ ਚੜੂਨੀ ਜਥੇਬੰਦੀ ਤੋਂ ਹਾਂ, ਅਤੇ ਸਰ ਅਸੀਂ ਅੱਜ ਇੱਥੇ ਜਾਇਜ਼ਾ ਲੈਣ ਆਏ ਸੀਗੇ। ਯਾਰਡ 'ਚ ਜਿਹੜੀ ਇੱਟ ਆ ਉਹ ਬਿਲਕੁਲ ਹੀ ਪਿੱਲੀ ਲਾਈ ਜਾ ਰਹੀ ਆ, ਅਤੇ ਰੇਤਾ ਦੀ ਥਾਂ 'ਤੇ ਤੁਸੀਂ ਇੱਕ ਵਾਰੀ ਮੀਡੀਆ ਨੂੰ ਦਿਖਾਓ ਵੀ ਆਹ ਮਿੱਟੀ ਪਾ ਪਾ ਕੇ ਇੱਟਾਂ ਲਾਈ ਜਾਣ ਡੇ ਨੇ। ਇੱਕ ਕਿਸਾਨਾਂ, ਇੱਕ ਬੰਦੇ ਦੀ ਇਹਨਾਂ ਦੀ ਪ੍ਰੋਪਰਟੀ ਨਹੀਂ, ਕਿਸੇ ਦੇ ਪਿਓ ਦੀ ਨਹੀਂ, ਇਹ ਕਿਸਾਨਾਂ ਦੀ ਆ। ਭਾਅ ਜੀ ਮੰਨ ਕੇ ਚੱਲੋ ਇੱਥੇ ਇੱਟ ਨਾ ਇੱਟ ਮਾਰਿਆਂ ਟੁੱਟਣ ਡੀ ਆ, ਅਤੇ ਤੁਸੀਂ ਦੱਸੋ ਵੀ ਟਰਾਲੀਆਂ ਦਾ ਜਾਂ ਟਰੈਕਟਰਾਂ ਦਾ ਭਾਰ ਚੱਕ ਲੈਗੀ ਹੈ? ਵੀਰ ਜੀ ਬੜਾ ਕਿਸਾਨ ਆਪਣੇ ਆਪ ਨੂੰ ਜ਼ਿੰਦਗੀ ਨੂੰ ਰਿਸਕ 'ਚ ਪਾ ਕੇ ਮਿੱਲ 'ਚ ਗੰਨਾ ਲਿਆਉਂਦਾ, ਠੀਕ ਹੈ ਜੀ? ਅਤੇ ਜੇ ਉੱਥੋਂ ਆ ਗਏ ਤਾਂ ਇੱਥੇ ਆਣ ਕੇ ਭਾਅ ਜੀ ਕਿਸੇ ਦਾ ਨੁਕਸਾਨ ਹੋ ਜੇ ਜਾਨੀ ਮਾਲੀ, ਤਾਂ ਕੌਣ ਜ਼ਿੰਮੇਵਾਰ? ਠੀਕ ਹੈ, ਕਿੰਨਾ ਘਪਲਾ ਤੁਹਾਡੇ ਸਾਹਮਣੇ ਹੋ ਰਿਹਾ? ਘਪਲਾ ਸਰ ਬਹੁਤਾ ਨਹੀਂ, ਤੇ 1 ਕਰੋੜ ਦਾ ਤਾਂ ਹੈ ਹੀ ਆ। 1 ਕਰੋੜ 40 ਲੱਖ ਦੇ ਇਹਨਾਂ ਨੇ ਚੈੱਕ ਲੈ ਲਏ ਨੇ, 70-70 ਲੱਖ ਦੇ ਦੋ, ਅਤੇ ਮੈਨੂੰ ਨਹੀਂ ਲੱਗਦਾ ਵੀ 40 ਵੀ ਲੱਗਾ ਹੋਇਆ ਜੀ। ਠੀਕ ਹੈ ਜੀ, ਕੀ ਮੰਗ ਕਰਦੇ ਹੋ ਤੁਸੀਂ? ਮੰਗ ਅਸੀਂ ਇਹ ਕਰਦੇ ਹਾਂ ਵੀ ਭਗਵੰਤ ਮਾਨ ਸਰ ਇੱਕ ਵਾਰੀ ਗਰਾਊਂਡ 'ਤੇ ਆਣ ਕੇ ਵੇਖੋ, ਇਹਨਾਂ ਕਰਿੰਦਿਆਂ ਦੇ ਬੀਜੇ ਹੋਏ ਕੰਡੇ ਕੱਲ੍ਹ ਨੂੰ ਤੁਹਾਡੇ ਅੱਗੇ ਆਉਣੇ ਨੇ। ਤੁਸੀਂ ਕਹਿੰਦੇ ਅਸੀਂ ਕਰਪਸ਼ਨ ਖਤਮ ਕਰਤੀ ਆ, ਅਸੀਂ ਰਿਸ਼ਵਤ ਬੰਦ ਕਰਤੀ ਆ, ਸਾਰਾ ਕੁਝ ਉੱਦਾਂ ਹੀ ਖੜਕੇ ਦੜਕੇ ਨਾਲ ਚੱਲਣ ਡਿਆ ਵਾ, ਉਦੋਂ ਵਧਿਆ ਕੁਝ ਘਟਿਆ ਨਹੀਂ। ਅਤੇ ਮਹਾਰਾਜ ਬੇਨਤੀ ਆ ਵੀ ਇੱਧਰ ਕਿਸਾਨਾਂ ਵੱਲ ਵੀ ਤੁਸੀਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਧਿਆਨ ਦੇਵੋ।